हाँ जी ਅਜਾ ਤਾਂ ਪਤਾ ਹੀ ਸੀ ਹੰਦੀ ਅਸੀਂ ਹੰਦੀ ਖਾਣੇ ਹੰਦੀ ਵਾਲਾ ਖਾਣੇ ਵੀ ਆ ਪੀਣੇ ਵੀ ਲਗਾਣੇ ਵੀ ਆ ਅਲਟੀ ਐਂਟੀ ਸੈਪਟੀ ਦਾ ਕੰਮ ਕਰਦੀ ਹੈ ਉਸੇ ਬੀਟਾਡੀ ਲਈ ਹੈ ਡਾਕਟਰ ਕਹਿੰਦਾ ਵੀ ਕਿਤੇ ਸੱਟ ਲੱਗੀ ਹੈ ਕਿਤੇ ਕੋਈ ਇੰਜਰੀ ਹੋਈ ਹੈ ਉਹਦਾ ਤਾਂ ਬੀਟਾਡੀ ਨਹੀਂ ਯੂਜ਼ ਕਰੋ ਅੱਗੇ ਤਾਂ ਸੈਟਿੰਗ ਨਾ ਹੋ ਜਾਏ ਕੋਈ ਜਨਮ ਸਮ ਲੱਗੇ ਤਾਂ ਗਰੋ ਕਰੇ ਠੀਕ ਹੈ ਜੇ ਤਾਂ ਇਸ ਨਹੀਂ ਹੁੰਦਾ ਉਹ ਤਾਂ ਲੇਕਿਨ ਬੀਟਾਡੀ ਨਹੀਂ ਹੈ ਇਸੇ ਪੋਇਜ਼ਨ ਇਟਸਲ ਇਸੇ ਪੋਇਜ਼ਨ ਹੈ ਇਸੇ ਨੂੰ ਕੰਜ਼ੂਮ ਨਹੀਂ ਕਰ ਸਕਦੇ ਇਹ ਬਾਕੀ ਹੈ ਕਿ ਸਿਰ ਆਊਟਰ ਐਪਲੀਕੇਸ਼ਨ ਵਾਸਤੇ ਕਿਤੇ ਕੋਈ ਸੱਟ ਲੱਗੀ ਹੈ ਤੁਸੀਂ ਤੇ ਲਗਾ ਸਕਦੇ ਹੋ ਨਾ ਤੁਸੀਂ ਇਹਨੂੰ ਕੰਜ਼ੂਮ ਨਹੀਂ ਕਰ ਸਕਦੇ ਇਹਨੂੰ ਤੁਸੀਂ ਤੁਹਾਡੇ ਸਮ ਦੇਖੋ ਮੈਂ ਪਾਣੀ ਮੈਂ ਪਾਇਆ ਬਲਾ ਤੁਹਾਡੀ ਬੋਡੀ ਕੋਈ ਟੌਕਸਿਕ दो टॉक्सिन सीखे तो ऑक्सीजन सीखे थोड़े सारे रखे खत्म कर पानी साफ हो गया हाँ जी बाकी जो सारा वेस्ट फूड निकलेगा सारा वेस्ट फूड निकलेगा सारा थोड़े सारे जम सारा सारे सारे खत्म करते हैं जोड़ा कि आम पानी एक कम नहीं कर सकता वो पानी आई नजर वाले पानी ने करता होता हेल्थ लाइन हाँ ठीक है ठीक है सर ठीक है जी ठीक है जी हाँ काफ़ी फर्क है जी ਠੀਕ ਹੈ ਜੀ ਨਾਲ ਪੈਂਦੇ ਆ ਸਰ ਉਹ ਪਾਣੀ ਉਹਨੂੰ ਇਹ ਪ੍ਰੋਪਰਟੀ ਹੈ ਐਂਟੀਆਕਸੀਡੈਂਟ ਦੀ ਓਕੇ ਓਕੇ ਉਹ ਸਰ ਡਾਕਟਰ ਕਹਿੰਦਾ ਗ੍ਰੀਨ ਟੀ ਪਰ ਗ੍ਰੀਨ ਟੀ ਪੀਓ ਸਰ ਕਿਹੜਾ ਬੰਦਾ 12 ਕੱਪ ਗ੍ਰੀਨ ਟੀ ਪੀ ਸਕਦਾ ਪਰ ਇਹ ਕਾਫੀ ਜੋ ਕੋਰੋਨਾ ਟਾਈਮ ਤੱਕ ਕਿਸੇ ਬੜਾ ਸਟ੍ਰੈਸ ਸੀਗਾ ਵੀ ਆਪਣੀ ਇਮਿਊਨਿਟੀ ਸਟਰੋਂਗ ਕਰੋ ਤੇ ਗ੍ਰੀਨ ਟੀ ਪੀਓ ਲੇਕਿਨ ਸਰ 12 ਕੱਪ ਗ੍ਰੀਨ ਟੀ ਪੀਣਾ ਕੋਈ ਔਖਾ ਸੌਖਾ ਕੰਮ ਨਹੀਂ ਹੁੰਦਾ ਤੁਸੀਂ ਗਲਾਸ ਪਾਣੀ ਦਾ ਪੀ ਲਓ 12 ਕੱਪ ਗ੍ਰੀਨ ਟੀ ਪੀ ਲਓ ਇਸ ਬਰਾਬਰ ਸੇਮ ਥਿੰਗ ਕੋਈ ਕੋ ਇੱਕੋ ਜਿਹਾ ਕੰਮ ਕਰੇਗੀ ਠੀਕ ਹੈ ਸਰ ਗ੍ਰੀਨ ਟੀ ਦਾ ਤੁਸੀਂ ਕਿੰਨੇ ਕੱਪ ਬਣਾ ਸਕਦੇ ਹੋ ਇੱਕ ਸੈਸ਼ਨ ਨਾਲ ਹਾਂਜੀ ਹਾਂਜੀ ਕਿਤੇ ਕਿੰਨੇ ਕੱਪ ਚਾਹ ਬਣਾ ਸਕਦੇ ਹੋ ਇੱਕ ਸੈਸ਼ਨ ਨਾਲ ਕਿੰਨੇ ਕੱਪ ਜੋ ਬਣਾ ਸਕਦੇ ਹੋ ਇੱਕ ਹੀ ਬਣੇਗਾ ਮੈਂ ਤੁਹਾਨੂੰ 12 ਕੱਪ ਬਣਾ ਕੇ ਦਿਖਾ ਸਕਦਾ अच्छा जी हाँ जी और ठंडे पानी बनाऊंगा मैं पानी गर्म नहीं कराऊंगा थोड़े समय में बना के तुम्हें बना के दिखाऊंगा ठीक है जी चलो जो पानी की पेनिट्रेशन पावर ही नहीं है पानी ना मेरी इफेक्टिव है पानी में लगा कि वो पूरा तो निचोड़ कर लेगा होता बड़े ग्रिटी चाल का बहुत सेशे है वो जो पूरा पूरा निचोड़ कर लेगा होता ठीक है जी और तुम्हें पूरा पर तुम पूरा का फ्लेवर आएगा तुम्हें होता ये प्रॉपर्टी है एंटी एंटीऑक्सीडेंट की चलो जी बहुत बहुत धन्यवाद तुम्हारा बहुत ही वधिया डेमो करके दिखाया ठीक है